ਤੁਸੀਂ ਸਾਡਾ ਹਫ਼ਤਾਵਾਰੀ ਅਖ਼ਬਾਰ ਆਪਣਾ ਪੰਜਾਬ ਰੋਜ਼ਾਨਾ ਹੁਣ ਪੜ੍ਹ ਸਕਦੇ ਹੋ ਸਾਡੀ ਵੈਬਸਾਈਟ 'ਤੇ, ਜਿਸ ਦਾ ਨਾਮ ਹੈ ਆਪਣਾ ਪੰਜਾਬ ਮੀਡੀਆ .com। ਇੱਥੇ ਲੌਗਇਨ ਕਰਕੇ ਤੁਸੀਂ ਸਾਡਾ ਅਖ਼ਬਾਰ ਪੜ੍ਹ ਸਕਦੇ ਹੋ ਅਤੇ ਸਾਡੇ ਨਾਲ TV ਦੇ ਮਾਧਿਅਮ ਨਾਲ ਵੀ ਜੁੜ ਸਕਦੇ ਹੋ। ਅਤੇ ਹੁਣੇ ਲੌਗਇਨ ਕਰੋ ਆਪਣਾ ਪੰਜਾਬ ਮੀਡੀਆ .com। सत श्री अकाल, देश विदेश में अपना पंजाब NRI TV चैनल देख रहे दर्शकों का मैं कमलप्रीत स्वागत करती हूँ। सब तो पहला मुख्य खबरों तक नज़र। बीबी पठल ने ज्यादा सुखबीर बादल से निशाना किया, सुखबीर वालों प्रधानगी और इस्तीफा देने की गल महज एक ड्रामा। हाईकोर्ट में दायर की गई नवजोत कौर के खिलाफ पटीशन, हाईकोर्ट वालों नवजोत कौर से पंजाब सरकार को राहत। ज्ञानी हरप्रीत सिंह के अहदे संभालन से श्री अकाल तख्त साहिब च गूंजे जयकारे। ਹੁਣ ਵਿਸਥਾਰ। ਬੀਬੀ ਰਜਿੰਦਰ ਕੌਰ ਪੱਠਲ ਨੇ ਪੱਤਰਕਾਰਾਂ ਦੇ ਨਾਲ ਗੱਲਬਾਤ ਦੌਰਾਨ ਇੱਕ ਵਾਰੀ ਫਿਰ ਤੋਂ ਸੁਖਬੀਰ ਸਿੰਘ ਬਾਦਲ ਤੇ ਨਿਸ਼ਾਨਾ ਸਾਧਿਆ ਅਤੇ ਉਹਨਾਂ ਕਿਹਾ ਕਿ ਜਿਹੜੇ ਸੁਖਬੀਰ ਸਿੰਘ ਬਾਦਲ ਨੇ ਕਿਹਾ ਹੈ ਕਿ ਉਹ ਆਪਣਾ ਅਸਤੀਫਾ ਦੇ ਦੇਣਗੇ, ਉਹ ਮਹਿਜ ਇੱਕ ਸ਼ਗੂਫਾ ਹੈ। ਸੁਖਬੀਰ ਸਿੰਘ ਬਾਦਲ ਵੱਲੋਂ ਸ਼੍ਰੋਮਣੀ ਅਕਾਲੀ ਦਲ ਦੀ ਪਾਰਟੀ ਦਾ ਕਚੂੰਬਰ ਕੱਢ ਦੇਣ ਤੇ ਹੁਣ ਪਾਰਟੀ ਦੀ ਪ੍ਰਧਾਨਗੀ ਤੋਂ ਅਸਤੀਫਾ ਦੇਣ ਦੀ ਗੱਲ ਕਹੀ ਜਾ ਰਹੀ ਸੀ, ਜਿਹੜੀ ਕਿ ਸਿਰਫ ਇੱਕ ਕਾਗਜ਼ੀ ਬੰਬ ਦੇ ਡਰਾਮਾ ਹੈ। ਇਹ ਗੱਲ ਉਪ ਚੇਅਰਮੈਨ ਪੰਜਾਬ ਰਾਜ ਯੋਜਨਾ ਬੋਰਡ ਬੀਬੀ ਰਜਿੰਦਰ ਕੌਰ ਪੱਠਲ ਨੇ ਪੰਜਾਬ ਕਾਂਗਰਸ ਦੇ ਸਕੱਤਰ ਗੁਰਸਤਿੰਦਰ ਸਿੰਘ ਜ਼ਲਾ ਦੇ ਨਿਵਾਸ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਹੀ। ਉਹਨਾਂ ਕਿਹਾ ਕਿ ਸੁਖਬੀਰ ਸਿੰਘ ਬਾਦਲ ਨੇ ਇਹ ਡਰਾਮਾ ਜਾਣਬੁੱਝ ਕੇ ਕੀਤਾ ਹੈ ਤਾਂ ਜੋ ਬਰਗਾੜੀ ਕਾਂਡ 'ਚ ਜੋ ਹੋਇਆ ਉਸ ਸਮੇਂ ਸੁਖਬੀਰ ਸਿੰਘ ਬਾਦਲ ਹੀ ਗ੍ਰਹਿ ਮੰਤਰੀ ਸਨ ਜੋ ਇਸ ਸਮੇਂ ਜ਼ਿੰਮੇਦਾਰ ਸਨ। ਬੀਬੀ ਪੱਠਲ ਨੇ ਕਿਹਾ ਕਿ ਪਿਛਲੀ ਅਕਾਲੀ ਸਰਕਾਰ ਸਮੇਂ ਹੋਈ ਬੇਅਦਬੀ ਮਾਮਲੇ ਵਿੱਚ ਉਸ ਸਮੇਂ ਜਾਣਬੁੱਝ ਕੇ ਸਮਾਂ ਕੱਢਿਆ ਜਾਂਦਾ ਰਿਹਾ ਕਿ ਪੰਜਾਬ ਸਰਕਾਰ ਦੀ ਸਰਕਾਰ ਬਣਨ ਤੇ ਹੀ ਇਸ ਦੀ ਜਾਂਚ ਕਰਵਾਈ ਜਾਵੇਗੀ, ਜੋ ਦੋਸ਼ੀ ਹਨ ਉਹਨਾਂ ਖਿਲਾਫ਼ ਬਣਦੀ ਕਾਨੂੰਨੀ ਕਾਰਵਾਈ ਜ਼ਰੂਰ ਕੀਤੀ ਜਾਵੇਗੀ। ਬੀਬੀ ਪੱਠਲ ਨੇ ਪੱਤਰਕਾਰਾਂ ਵੱਲੋਂ ਪੁੱਛੇ ਸਵਾਲ ਦੇ ਜਵਾਬ ਵਿੱਚ ਕਿਹਾ ਕਿ ਅਕਾਲੀ ਦਲ ਨੂੰ ਛੱਡ ਚੁੱਕੇ ਆਗੂਆਂ ਨੂੰ ਕਾਂਗਰਸ ਵਿੱਚ ਸ਼ਾਮਲ ਕਰਨ ਸੰਬੰਧੀ ਅਜੇ ਕਿਸੇ ਨਾਲ ਕੋਈ ਗੱਲਬਾਤ ਨਹੀਂ ਹੋਈ ਹੈ, ਕਿਉਂਕਿ ਕਾਂਗਰਸ ਪਾਰਟੀ ਵਿੱਚ ਜੋ ਨੌਜਵਾਨ ਲੀਡਰ ਅੱਗੇ ਆਏ ਹਨ ਉਹ ਮਿਹਨਤ ਨਾਲ ਲੋਕਾਂ ਦੀ ਸੇਵਾ ਵਿੱਚ ਕੰਮ ਕਰ ਰਹੇ ਨੇ। ਕਲਾਮਬਾਜੀ ਹੁੰਦੀ ਹੈ, ਹੁਣ ਸਭ ਕੁਝ ਲਟਾ ਕੇ ਜਿਵੇਂ ਕਹਿੰਦੇ ਹੈਗੇ ਨਾ ਕਿ ਇੰਨੇ ਚੂਹੇ ਖਾ ਕੇ ਹੁਣ ਬਿੱਲੀ ਹੱਜ ਨੂੰ ਚੱਲੀ ਹੈ, ਹੁਣ ਪਾਰਟੀ ਦਾ ਸਾਰਾ ਆਪਣਾ ਚੂੰਬਰ ਕੱਢ ਕੇ ਅੱਜ ਉਹ ਕਹਿੰਦਾ ਮੈਂ ਅਸਤੀਫਾ ਦੇਣਾ, ਦਿੰਦਾ ਨਹੀਂ ਹੈ ਜੀ। ਉਹ ਸਿਰਫ ਡਰਾਮੇਬਾਜ਼ੀ ਹੈ, ਪੈਰ ਖਿਚਾਉਣਾ ਹੈਗਾ ਵੀ ਬੰਬ ਆਪਦੇ ਵੀ ਨਹੀਂ, ਉਹਨੇ ਬੰਬ ਚਲਾਇਆ ਹੈ ਕਾਗਜ਼ੀ ਬੰਬ, ਵੀ ਸ਼ਾਇਦ ਇਹਦੇ ਨਾਲ ਡਰ ਜਾਣਗੇ। ਕੋਈ ਅਸਤੀਫਾ ਨਹੀਂ ਦਿੰਦਾ, ਕੋਈ ਕੰਮ ਨਹੀਂ ਕਰਦਾ ਹੈਗਾ, ਸਾਰੀ ਪਾਰਟੀ ਦੇ ਨਿਗਾਰ ਦਾ ਜ਼ਿੰਮੇਵਾਰ ਉਹ ਹੈ। ਬਰਗਾੜੀ ਕਾਂਡ ਦੇ ਵਿੱਚ ਜੋ ਕੁਛ ਹੋਇਆ ਦੀ ਹੋਮ ਮਿਨਿਸਟਰੀ ਸਮੇਂ ਹੋਇਆ, ਹੀ ਇਜ਼ ਰਿਸਪੋਂਸੀਬਲ, ਉਹਨੇ ਇਹਨਾਂ ਨੂੰ ਫੇਸ ਕਰਨਾ ਚਾਹੀਦਾ ਸਾਰਾ। ਬੇਅਦਬੀਆਂ ਵਾਲਾ ਮਾਮਲਾ ਵੀ ਦੇਖੋ, ਇਹਨਾਂ ਨੇ ਤਾਂ ਇਨਕੁਆਇਰੀ ਕਰਵਾਈ ਸੀ, ਉਹਦੀ ਕਿੰਨਾ ਸਮਾਂ ਨਿਕਲ ਗਿਆ ਸੀ, ਬਾਹਰ ਹੀ ਨਹੀਂ ਸਹੀ ਗੱਲ। ਅਸੀਂ ਇਨਕੁਆਇਰੀ ਬਿਠਾਇਆ ਕਮਿਸ਼ਨ, ਉਹਨੇ ਆਪਣਾ ਸਾਰਾ ਰਿਪੋਰਟ ਸਾਨੂੰ ਦਿੱਤੀ ਹੈ, ਫਸਟ ਫੇਜ਼ ਪੂਰਾ ਹੋਇਆ, ਸੈਕਿੰਡ ਫੇਜ਼ ਜਿਹਦੇ 'ਚ ਇਨਵੈਸਟੀਗੇਸ਼ਨਸ ਹੁੰਦੀਆਂ, ਦੇਖਣਾ ਹੁੰਦਾ ਤਾਂ ਕਿ ਕੋਈ ਕਮੀ ਨਾ ਰਹਿ ਜੇ ਕੱਲ੍ਹ ਨੂੰ ਫਿਰ ਇਹ ਜਵਾਨ ਤੱਕ ਰੱਖ ਕੇ ਭੱਜ ਜਾਣ, ਉਸ ਥਾਂ 'ਤੇ ਵੈਰੀਫਿਕੇਸ਼ਨ ਹੁੰਦੀ ਹੈ। ਸਟੈਪ ਸੈਕਿੰਡ ਸਟੈਪ ਹੈ, ਫਾਈਨਲ ਜਿਹੜਾ ਥਰਡ ਸਟੈਪ ਹੋਣਾ ਉਹਦੇ ਵਿੱਚ ਬਾਕਾਇਦਾ ਐਕਸ਼ਨ ਹੋਊ, ਗਵਰਨਮੈਂਟ ਕਾਨੂੰਨ ਦੇ ਮੁਤਾਬਕ ਪੂਰਾ ਐਕਸ਼ਨ ਲਓ, ਜੋ ਵੀ ਜ਼ਿੰਮੇਵਾਰ ਹੋਇਆ ਬਖਸ਼ਿਆ ਨਹੀਂ ਜਾਊ। ਪਹਿਲੀ ਸਰਕਾਰ ਹੈ ਕਾਂਗਰਸ ਦੀ ਜਿਨ੍ਹਾਂ ਨੇ ਫਸਟ ਈਅਰ ਦੇ ਵਿੱਚ, ਪਹਿਲੇ ਸਾਲ ਦੇ ਵਿੱਚ ਹੀ ਜਦੋਂ ਅਸੀਂ ਆਪਣਾ ਖਜ਼ਾਨਾ ਦੇ ਕਰਜ਼ੇ ਮਾਫ਼ ਕਰਨ ਲੱਗੇ, ਫਸਟ ਈਅਰ ਸੀ ਉਹ, ਜਦੋਂ 10 ਮਹੀਨੇ ਹੋਏ ਸੀਗੇ, 10 ਸਾਲਾਂ 'ਚ ਅਕਾਲੀ ਦਲ ਨੇ ਜਿਹੜੇ ਵਾਅਦੇ ਆਪਣੇ ਕਰ ਸਕਿਆ ਸੀ ਪੂਰੇ 10 ਮਹੀਨਿਆਂ 'ਚ, ਅਸੀਂ ਜਿਹੜਾ 2 ਏਕੜ ਦੇ ਕਿਸਾਨ ਦੇ ਕਰਜ਼ੇ ਮਾਫ਼ ਕਰਨ ਦੀਆਂ ਕਿਸ਼ਤਾਂ ਸਾਰੇ ਪੰਜਾਬ 'ਚ ਦਿੱਤੀਆਂ, ਪਹਿਲੀਆਂ ਕਿਸ਼ਤਾਂ। ਸੈਕਿੰਡ ਸਟੈਪ ਸਾਡਾ ਜਿਹੜਾ ਹੈਗਾ, ਅਸੀਂ ਉਹ ਸੋਚ ਰਹੇ ਹਾਂ ਕਿ ਉਸ ਤੋਂ ਅੱਗੇ 5 ਏਕੜ ਵਾਲਾ ਵੀ, ਦੂਸਰੇ 7 ਏਕੜ ਵਾਲਾ ਤੱਕ, ਇਹ ਸਾਰਾ ਕੁਛ ਮੈਂ ਕਹਿੰਦਾ ਮਿਰੇਕਲ ਹੈ। ਕ੍ਰੈਡਿਟ ਗੋਜ਼ ਟੂ ਦਾ ਕਾਂਗਰਸ ਗਵਰਨਮੈਂਟ, ਅਸੀਂ ਫਸਟ ਟਾਈਮ ਇਹ ਸਾਰਾ ਕੁਛ ਪੂਰਾ ਕੀਤਾ ਹੈਗਾ। ਅਤੇ ਸਾਰੀਆਂ ਚੀਜ਼ਾਂ ਜਿਹੜੀਆਂ ਹੈਗੀਆਂ, ਮੈਨੂੰ ਦੱਸੋ ਕਿਹੜੇ ਕਿੰਨੇ ਕਿੰਨੇ ਬੰਦਿਆਂ ਨੂੰ ਰੁਜ਼ਗਾਰ ਪਾਉਣਾ, 3 ਲੱਖ ਨੌਜਵਾਨ ਨੂੰ, ਸਰਕਾਰੀ ਗੈਰ ਸਰਕਾਰੀ ਪਰਸਨਲ ਪ੍ਰਾਈਵੇਟ ਸਾਰੀਆਂ ਥਾਵਾਂ 'ਤੇ ਇਹਦੇ ਵਿੱਚ ਅਸੀਂ ਰੁਜ਼ਗਾਰ ਦਿੱਤਾ ਹੋਵੇ। ਅਸੀਂ ਕਿਸ ਤਰੀਕੇ ਨਾਲ ਸਾਰੀਆਂ ਲੜਕੀਆਂ ਨੂੰ ਫੀਸਾਂ ਜਿਹੜੀਆਂ ਕਿ ਫੀਸ 'ਤੇ ਮਾਫ਼ ਕਰਨ ਦੀਆਂ, ਉਹ ਗੱਲਾਂ ਕੀਤੀਆਂ ਹੈਗੀਆਂ। ਅਸੀਂ ਆਪਣੇ ਜਿਹਨੂੰ ਕਹਿੰਦੇ ਨਾ, ਜਿਨ੍ਹਾਂ ਨੇ ਗੋਡੇ 'ਚੋਂ ਕੂਣੀ ਨਹੀਂ ਸੀ ਕੱਤੀ ਹੁੰਦੀ ਅਕਾਲੀ ਦਲ ਵਾਲਿਆਂ ਨੂੰ 10-10 ਸਾਲਾਂ 'ਚ, ਅਸੀਂ ਪਹਿਲੇ ਆਪਣੇ ਫਸਟ ਟਰਮ ਦਾ ਪਹਿਲਾ ਸਾਲ 'ਤੇ ਉਹਦੇ ਵਿੱਚ ਆਪਣਾ ਕੰਮ ਕਰਨਾ ਸ਼ੁਰੂ ਕੀਤਾ। ਚਿੰਤਾ ਨਾ ਕਰੋ, ਦੇਖਦੇ ਜਾਓ, ਅਸੀਂ ਆਉਣ ਵਾਲੇ 2-1 ਸਾਲ ਜਾਂ 2 ਸਾਲ ਦੇ ਵਿੱਚ ਸਾਰੇ ਵਾਅਦੇ ਕਰਕੇ ਸ਼ੁਰੂ ਸੁਖਰੂ ਤੁਹਾਡੇ ਮੁਤਾਬਕ ਜਨਤਾ ਦੀ ਵਿਚਾਰੀ ਚਾਹੁੰਦੇ। ਅੰਮ੍ਰਿਤਸਰ ਦੇ ਵਿੱਚ ਵਾਪਰੇ ਵੱਡੇ ਰੇਲ ਹਾਦਸੇ ਤੋਂ ਬਾਅਦ ਗੁਰੂਗ੍ਰਾਮ ਦੇ ਇੱਕ ਵਕੀਲ ਨੇ ਨਵਜੋਤ ਕੌਰ ਸਿੱਧੂ ਦੇ ਖਿਲਾਫ ਹਾਈਕੋਰਟ ਦੇ ਵਿੱਚ ਇੱਕ ਪਟੀਸ਼ਨ ਦਾਇਰ ਕੀਤੀ ਸੀ, ਜਿਸ ਨੂੰ ਹਾਈਕੋਰਟ ਨੇ ਰੱਦ ਕਰ ਦਿੱਤਾ ਅਤੇ ਕਿਹਾ ਹੈ ਕਿ ਜੋ ਵੀ ਉਸ ਵਕਤ ਹੋਇਆ ਉਸ ਦੇ ਵਿੱਚ ਕਿਸੇ ਵੀ ਉੱਥੇ ਆਏ ਹੋਏ ਮਹਿਮਾਨ ਦਾ ਕੋਈ ਵੀ ਮਤਲਬ ਨਹੀਂ ਸੀ ਅਤੇ ਮਹਿਮਾਨ ਦੇ ਉੱਪਰ ਬਿਲਕੁਲ ਵੀ ਕੇਸ ਨਹੀਂ ਕੀਤਾ ਜਾ ਸਕਦਾ।
ਅੰਮ੍ਰਿਤਸਰ ਰੇਲ ਹਾਦਸੇ ਤੋਂ ਬਾਅਦ ਦੁਸਹਿਰਾ ਮੇਲੇ ਵਿੱਚ ਮੁੱਖ ਮਹਿਮਾਨ ਵਜੋਂ ਨਵਜੋਤ ਕੌਰ ਸਿੱਧੂ ਵਿਰੁੱਧ ਕਾਰਵਾਈ ਕਰਨ ਅਤੇ ਸਰਕਾਰਾਂ ਦੀ ਜ਼ਿੰਮੇਵਾਰੀ ਸੰਬੰਧੀ ਮੰਗ ਨੂੰ ਲੈ ਕੇ ਦਾਇਰ ਕੀਤੀ ਪਟੀਸ਼ਨ ਤੇ ਹਾਈ ਕੋਰਟ ਨੇ ਪਟੀਸ਼ਨ ਕਰਤਾ ਨੂੰ ਫਟਕਾਰ ਲਾਉਂਦਿਆਂ ਪੰਜਾਬ ਸਰਕਾਰ ਨੂੰ ਰਾਹਤ ਦੇ ਦਿੱਤੀ ਹੈ। ਹਾਈ ਕੋਰਟ ਨੇ ਇਸ ਮਾਮਲੇ ਸੰਬੰਧੀ ਪਾਈ ਪਟੀਸ਼ਨ ਨੂੰ ਖਾਰਜ ਕਰ ਦਿੱਤਾ। ਹਾਈ ਕੋਰਟ ਨੇ ਨਵਜੋਤ ਕੌਰ ਸਿੱਧੂ ਦੇ ਪੱਖ 'ਚ ਫੈਸਲਾ ਸੁਣਾਉਂਦੇ ਹੋਏ ਕਿਹਾ ਕਿ ਅਜਿਹੇ ਮੌਕਿਆਂ ਤੇ ਲੋਕ ਇਕੱਠੇ 'ਚ ਕਿਤੇ ਬੈਠ ਜਾਂਦੇ ਹਨ ਅਤੇ ਅਜਿਹੇ 'ਚ ਜੇਕਰ ਕੋਈ ਹਾਦਸਾ ਵਾਪਰ ਜਾਂਦਾ ਹੈ ਤਾਂ ਇਸ ਲਈ ਮੁੱਖ ਮਹਿਮਾਨ ਨੂੰ ਜ਼ਿੰਮੇਦਾਰ ਠਹਿਰਾਇਆ ਨਹੀਂ ਜਾ ਸਕਦਾ। ਹਾਈ ਕੋਰਟ ਨੇ ਇਸ ਪਟੀਸ਼ਨ ਨੂੰ ਸਿਆਸਤ ਉਪਰੇਰਿਤ ਦੱਸਿਆ। ਦੱਸ ਦਈਏ ਕਿ ਗੁਰੂਗ੍ਰਾਮ ਦੇ ਇੱਕ ਵਕੀਲ ਵੱਲੋਂ ਹਾਈ ਕੋਰਟ 'ਚ ਪਟੀਸ਼ਨ ਦਾਇਰ ਕਰਕੇ ਇਸ ਮਾਮਲੇ ਦੀ ਜਾਂਚ SIT ਜਾਂ CBI ਤੋਂ ਕਰਵਾਉਣ ਦੀ ਮੰਗ ਕੀਤੀ ਗਈ ਸੀ। ਸ਼੍ਰੋਮਣੀ ਅਕਾਲੀ ਦਲ ਤੇ ਹਲੇ ਵੀ ਸੰਕਟ ਦੇ ਬਾਦਲ ਘਿਰੇ ਹੋਏ ਹਨ। ਹੁਣ ਸ਼੍ਰੋਮਣੀ ਅਕਾਲੀ ਦਲ ਦਾ ਪੰਥਕ ਜਥੇਬੰਦੀਆਂ ਦੇ ਵੱਲੋਂ ਬਾਈਕਾਟ ਕਰ ਦਿੱਤਾ ਗਿਆ। ਚੁਫੇਰਿਓ ਘਿਰੇ ਬਾਦਲ ਪਰਿਵਾਰ ਦੀਆਂ ਮੁਸ਼ਕਲਾਂ ਘੱਟ ਹੋਣ ਦਾ ਨਾਮ ਨਹੀਂ ਲੈ ਰਹੀਆਂ। ਬਠਿੰਡਾ ਵਿੱਚ ਸੋਮਵਾਰ ਨੂੰ ਪੰਥਕ ਜਥੇਬੰਦੀਆਂ ਨੇ ਇਕਜੁੱਟ ਹੋ ਕੇ ਬਾਦਲ ਪਰਿਵਾਰ ਦਾ ਬਾਈਕਾਟ ਕਰਨ ਦਾ ਐਲਾਨ ਕੀਤਾ। ਸੋਮਵਾਰ ਨੂੰ ਕੀਤੀ ਗਈ ਪ੍ਰੈਸ ਕਾਨਫਰੰਸ ਵਿੱਚ ਸਾਬਕਾ ਜਥੇਦਾਰ ਬਲਵੰਤ ਸਿੰਘ ਨੰਦਗੜ੍ਹ ਵਿਸ਼ੇਸ਼ ਤੌਰ ਤੇ ਸ਼ਾਮਲ ਹੋਏ। ਇਸ ਮੌਕੇ ਜਥੇਦਾਰ ਨੰਦਗੜ੍ਹ ਨੇ ਕਿਹਾ ਕਿ ਬਾਦਲਾਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਮਾਮਲੇ ਵਿੱਚ ਇਨਸਾਫ਼ ਦੀ ਥਾਂ ਹਮੇਸ਼ਾ ਭੱਜਣ ਦੀ ਰਾਜਨੀਤੀ ਅਪਣਾਈ ਹੈ। ਹੁਣ ਸੁਖਬੀਰ ਬਾਦਲ ਪਾਰਟੀ ਪ੍ਰਧਾਨ ਦੇ ਅਹੁਦੇ ਤੋਂ ਅਸਤੀਫਾ ਦੇਣ ਦਾ ਡਰਾਮਾ ਕਰ ਰਿਹਾ। ਫਿਲਹਾਲ ਵਕਤ ਇੱਕ ਛੋਟੇ ਜਿਹੇ ਬ੍ਰੇਕ ਦਾ। ਬ੍ਰੇਕ ਦੇ ਉਸ ਪਾਰ ਵੀ ਖਬਰਾਂ ਜਾਰੀ ਰਹਿਣਗੀਆਂ। ਆਪਣਾ ਪੰਜਾਬ ਗਰੁੱਪ ਤੁਹਾਡੀ ਸੇਵਾ ਦੇ ਵਿੱਚ ਲੈ ਕੇ ਆਏ ਨੇ ਕੈਨਮ ਫੋਨ। ਮੈਂ ਕਿਹਾ ਕਿੱਥੇ ਐ? ਮੈਂ ਤਾਂ ਕੈਨਮ ਦੇ ਗਈ ਸੀ। ਉਹ ਕੈਨਮ ਕੀ? ਕੈਨਮ ਫੋਨ, ਪਿੰਨਲੈਸ ਫੋਨ ਸਰਵਿਸ, ਸਾਫ਼ ਸੁਥਰੀ ਆਵਾਜ਼, ਕੋਈ ਵਾਧੂ ਚਾਰਜ ਨਹੀਂ। ਕੈਨੇਡਾ ਤੇ ਅਮਰੀਕਾ ਤੋਂ ਇੱਕੋ ਹੀ ਰੇਟ। ਇੰਡੀਆ ਸੈੱਲ ਤੇ ਲੈਂਡਲਾਈਨ ਇੱਕੋ ਹੀ ਰੇਟ ਤੇ ਨਾਲੇ 1500 ਮਿੰਟ ਫ੍ਰੀ। ਜਿੰਨੀ ਗੱਲ ਕਰੀਏ ਓਨੇ ਹੀ ਪੈਸੇ ਕੱਟਣਗੇ? ਜੀ ਹਾਂ, ਭਰੋਸੇਯੋਗ ਸਰਵਿਸ। ਅੱਜ ਹੀ ਕਾਲ ਕਰੋ 7185761201 ਅਤੇ 7185761840 ਤੇ। ਬ੍ਰੇਕ ਤੋਂ ਬਾਅਦ ਤੁਹਾਡਾ ਮੁੜ ਸਵਾਗਤ ਹੈ। ਗਿਆਨੀ ਹਰਪ੍ਰੀਤ ਸਿੰਘ ਦੇ ਅਹੁਦਾ ਸੰਭਾਲਣ ਤੋਂ ਬਾਅਦ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਜੈਕਾਰਿਆਂ ਦੀ ਗੂੰਜ ਨੇ ਉਹਨਾਂ ਦੇ ਅਹੁਦਾ ਸੰਭਾਲਣ ਤੇ ਮੋਹਰ ਲਾ ਦਿੱਤੀ। ਸ੍ਰੀ ਅਕਾਲ ਤਖਤ ਸਾਹਿਬ ਦੇ ਨਵੇਂ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ 30 ਅਕਤੂਬਰ ਨੂੰ ਆਪਣਾ ਅਹੁਦਾ ਸੰਭਾਲ ਲਿਆ ਹੈ। ਸ੍ਰੀ ਅਕਾਲ ਤਖਤ ਸਾਹਿਬ ਤੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਇਸ ਸੰਬੰਧੀ ਖੂਬ ਤਿਆਰੀਆਂ ਕੀਤੀਆਂ ਗਈਆਂ ਸਨ। ਇਸ ਮੌਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਮਾਗਮ ਵੀ ਰੱਖਿਆ ਗਿਆ ਸੀ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ, ਅਵਤਾਰ ਸਿੰਘ ਹਿੱਤ, ਬੀਬੀ ਜਗੀਰ ਕੌਰ, ਦਮਦਮੀ ਟਕਸਾਲ ਤੋਂ ਹਰਨਾਮ ਸਿੰਘ ਖਾਲਸਾ ਤੇ ਹੋਰਨਾਂ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਧਾਰਮਿਕ ਸ਼ਖਸੀਅਤਾਂ ਮੌਜੂਦ ਸਨ। ਸਿੱਖ ਸੰਗਤਾਂ ਨੇ ਜੈਕਾਰਿਆਂ ਦੀ ਗੂੰਜ ਵਿੱਚ ਗਿਆਨੀ ਹਰਪ੍ਰੀਤ ਸਿੰਘ ਦੀ ਨਿਯੁਕਤੀ ਉੱਤੇ ਮੋਹਰ ਲਾਈ। ਯਾਦ ਰਹੇ ਕਿ ਗਿਆਨੀ ਹਰਪ੍ਰੀਤ ਸਿੰਘ ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਵੀ ਜਥੇਦਾਰ ਹਨ। ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਨੇ ਇੱਕ ਵਾਰੀ ਫੇਰ ਤੋਂ ਮੀਡੀਆ ਨੂੰ ਨਿਸ਼ਾਨਾ ਬਣਾਇਆ ਅਤੇ ਕਿਹਾ ਹੈ ਕਿ ਜੋ ਵੀ ਉਹਨਾਂ ਦੇ ਖਿਲਾਫ ਨੈਗੇਟਿਵ ਖਬਰਾਂ ਪਹੁੰਚ ਰਹੀਆਂ ਹਨ ਉਹ ਸਾਰੀਆਂ ਮੀਡੀਆ ਵੱਲੋਂ ਝੂਠੀਆਂ ਖਬਰਾਂ ਫੈਲਾਈਆਂ ਗਈਆਂ ਹਨ। ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਨੇ ਦੇਸ਼ ਵਿੱਚ ਨਫ਼ਰਤ ਦਾ ਮਾਹੌਲ ਬਣਾਉਣ ਦਾ ਜ਼ਿੰਮੇਦਾਰ ਮੀਡੀਆ ਦੀਆਂ ਫਰਜ਼ੀ ਖਬਰਾਂ ਅਤੇ ਗਲਤ ਰਿਪੋਰਟਿੰਗ ਨੂੰ ਦੱਸਿਆ ਹੈ। ਉਹਨਾਂ ਕਿਹਾ ਹੈ ਕਿ ਇਸ ਦੇ ਲਈ ਉਹਨਾਂ ਦਾ ਪ੍ਰਸ਼ਾਸਨ ਜਾਂ ਉਹਨਾਂ ਦੀ ਰਿਪਬਲਿਕਨ ਪਾਰਟੀ ਜ਼ਿੰਮੇਦਾਰ ਨਹੀਂ ਹੈ। ਟਰੰਪ ਨੇ ਐਤਵਾਰ ਨੂੰ ਦੇਰ ਰਾਤ ਟਵੀਟ ਕੀਤਾ ਕਿ ਸਾਡੇ ਦੇਸ਼ 'ਚ ਲੰਬੇ ਸਮੇਂ ਤੋਂ ਚੱਲੇ ਆ ਰਹੇ ਮਤਭੇਦ ਅਤੇ ਨਫ਼ਰਤ ਲਈ ਰਿਪਬਲਿਕਨ ਕੰਜ਼ਰਵੇਟਿਵ ਅਤੇ ਮੈਨੂੰ ਜ਼ਿੰਮੇਦਾਰ ਠਹਿਰਾਉਣ ਲਈ ਫੇਕ ਮੀਡੀਆ ਹਰ ਤਰ੍ਹਾਂ ਦੀ ਕੋਸ਼ਿਸ਼ ਕਰ ਰਿਹਾ ਹੈ। ਅਮਰੀਕੀ ਰਾਸ਼ਟਰਪਤੀ ਨੇ ਕਿਹਾ ਕਿ ਅਸਲ 'ਚ ਇਹ ਉਹਨਾਂ ਦੀ ਫਰਜ਼ੀ ਅਤੇ ਗਲਤ ਰਿਪੋਰਟਿੰਗ ਹੈ ਜੋ ਕਿ ਅਜਿਹੀਆਂ ਸਮੱਸਿਆਵਾਂ ਪੈਦਾ ਕਰ ਰਹੀਆਂ ਹਨ ਜਿਨ੍ਹਾਂ ਨੂੰ ਉਹ ਕੁਝ ਨਹੀਂ ਸਮਝਦੇ। ਅੱਜ ਦੇ ਬੁਲੇਟਿਨ ਵਿੱਚ ਫਿਲਹਾਲ ਇੰਨਾ ਹੀ। ਹੁੰਦੇ ਹੋ ਆਗਿਆ, ਸਤਿ ਸ਼੍ਰੀ ਅਕਾਲ। ਤੁਸੀਂ ਸਾਡਾ ਹਫ਼ਤਾਵਾਰੀ ਅਖ਼ਬਾਰ ਆਪਣਾ ਪੰਜਾਬ ਰੋਜ਼ਾਨਾ ਹੁਣ ਪੜ੍ਹ ਸਕਦੇ ਹੋ ਸਾਡੀ ਵੈਬਸਾਈਟ ਤੇ, ਜਿਸ ਦਾ ਨਾਮ ਹੈ apnapunjabmedia.com। ਇੱਥੇ ਲੌਗਇਨ ਕਰਕੇ ਤੁਸੀਂ ਸਾਡਾ ਅਖ਼ਬਾਰ ਪੜ੍ਹ ਸਕਦੇ ਹੋ ਤੇ ਸਾਡੇ ਨਾਲ TV ਦੇ ਮਾਧਿਅਮ ਨਾਲ ਵੀ ਜੁੜ ਸਕਦੇ ਹੋ। ਤੇ ਹੁਣੇ ਲੌਗਇਨ ਕਰੋ apnapunjabmedia.com। ਆਪਣਾ ਪੰਜਾਬ ਨਿਊਜ਼ਪੇਪਰ ਦੇ ਵਿੱਚ ਅਤੇ ਆਪਣਾ ਪੰਜਾਬ NRI TV ਤੇ ਐਡ ਦੇਣ ਲਈ ਸਾਨੂੰ ਸੰਪਰਕ ਕਰੋ। ਸਾਡਾ USA ਦਾ ਫੋਨ ਨੰਬਰ ਹੈ 5169983222 ਤੇ ਸਾਡਾ ਇੰਡੀਆ ਦਾ ਫੋਨ ਨੰਬਰ ਹੈ 9815540000।